हाँ जी, पक्का अन्ना रेलवे स्टेशन है। बरतानिया दौर की मैं तो आही लाइट लगती जो एक अद्धी तेल वाला लैंप जलता होगा। स्टेशन की हालत काफ़ी खस्ता है। कभी इतने मुसाफिर आते हो गए उतरते हो गए जी। थानू साइड नजर आ रही है गोजरात तो लैलपुर आने वास्ते रस्ता, या लैलपुर तो गोजरे तो तौबा कराची जाने लिए रस्ता। गुजारत बनी खड़ी है रेलवे स्टेशन पक्का अन्ना। लोग बेफिक्र हो गए अपना टाइम गुजार। इस वक्त से वो डाक बंगले की छत हैं तो आंढ गुआंढ पिंड का व्यू दिखा रहे हैं। ये 92 चक का जे बी 92 चक है भी कंस्ट्रक्शन इस रेस्ट हाउस के नाल मुतलका है। ये बिल्डिंग रह गई आसार एक थोड़े और परे है। ठीक है, और जेडे तो टावर नज़र आ रहे हैं जेडे ये पक्का अन्ना रेलवे स्टेशन है उस इलाके में। यह सड़क जा रही जी पक्का अन्ना तो 92 चक नू आती है। 47 दे विच लोग यही रस्ता इख्तियार करते होंगे पिंड च आने लई या पिंड तो गड्डी जा बैठने लई। अच्छा एडी नहर है किधर नू जांदी है छोटी छोटी नहर आंदी है ते छोटी ठेकरी वाले तो। अच्छा ठेकरी वाले तो सीधे ही जांदे गोयर गोजरे। ठीक है जी, लो जी फिर मैं इस वक्त चक 92JB दे विच हैं और उहदे मैनू पता लगा भी इत्थे इक डाक बंगला है। इस वक्त फिर मैं देखने लिया है ये बरतानिया दौर का डाक बंगले के आसार ने और इट इतने माशाल्लाह काफ़ी लंबी और चौड़ी डाटा लगिया ने नाल ही एक छोटा जा नहर वगदी है रिहायश लई जो कोई साहब लोग इतने आते हो गए इतने रिहायश की तैयार करते हो गए। उस हाले भी आसार ने इतने हाले भी तुम आओ तो अंदर ठंड महसूस होंगी है क्योंकि इन्होंने कंधा मोटिया अंदरों कच्चिया तो बाहरों पक्या इस तरह की है तमीर तो जी हूँ ख़त्म हो गई तमीर। लोग हूँ कंधा छोटिया करके ए सी वगैरह ला लेंगे ने उस वक्त एयर कंडीशन नहीं सी होंगे लेकिन कमरे ठंडे होंगे से तो वो वजह यह ही है कि भाई हवादार और मोटिया कंधा बढ़ाया उचिया छत रखनिया। बड़ा हाल कमरा है। ठीक है जी, ये महकमान हार को है जी इस वक्त बिल्डिंग मेरे ख्याल। ठीक है जी, ए अंगीठी है इतों की शायद चिमनी उत्ते गर्म हवा जाने वास्ते।
ਠੀਕ ਹੈ ਜੀ। ਇੱਧਰੋਂ ਬਾਹਰ ਨੂੰ ਰਸਤਾ ਜਾਂਦਾ ਖੇਤਾਂ ਦਾ। ਸਲਾਮ ਅਲੈਕੁਮ ਬਾਬਾ ਜੀ, ਕੀ ਨਾਂ ਆਪਣਾ? ਗੁਲਾਮ ਯਾਸੀਨ। ਗੁਲਾਮ ਯਾਸੀਨ, ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀਗਾ? ਗੁਲਾਮ ਹੈਦਰ। ਗੁਲਾਮ ਹੈਦਰ, ਅਤੇ ਜਦੋਂ ਉਜਾੜੇ ਪਏ ਸੀਗੇ ਉਸ ਲਈ ਆਪਣੀ ਉਮਰ ਕਿੰਨੀ ਕੁ ਸੀਗੀ? ਕੋਈ 23-24 ਸਾਲ ਸੀ। ਮਾਸ਼ਾ ਅੱਲਾ, ਫਿਰ ਤਾਂ ਕੜੀਆ ਜਵਾਨ ਸੀਗੇ। ਹਾਂਜੀ, ਵਿਆਹ ਤਾਂ ਨਹੀਂ ਸੀ ਹੋਇਆ? ਹੋਇਆ ਸੀ। ਬੱਚੇ? ਬੱਚੇ ਨਹੀਂ ਸੀ, ਅਜੇ ਬੀਵੀ ਵੀ ਨਹੀਂ ਸੀ ਘਰ ਆਏ। ਇਹ ਕੀ ਵਿਆਹ ਫਿਰ ਕਿੱਦਾਂ ਦਾ ਹੋਇਆ ਸੀ? ਉਦੋਂ ਲੋਕ ਵਿਆਹ ਕਰਕੇ ਨਾ ਤਾਂ 2 ਮਹੀਨੇ ਜਾਂ 6 ਮਹੀਨੇ ਲਿਬਦੇ ਹੀ ਨਹੀਂ ਸੀ। ਅੱਛਾ, ਉਦੋਂ ਜ਼ਮਾਨਾ ਇਹ ਸੀ। ਹਾਂ, ਠੀਕ ਠੀਕ ਠੀਕ। ਫਿਰ ਮਿਲਦੇ ਸੀਗੇ ਇੱਕ ਦੂਸਰੇ ਨੂੰ? ਨਹੀਂ, ਉਹ ਆਪਣੇ ਪਿੰਡਾਂ 'ਚ ਸੀ। ਮੇਰੀ ਜਿੱਥੇ ਸ਼ਾਦੀ ਹੋਈ ਸਾਡੇ ਪਿੰਡੋਂ 40 ਮੀਲ ਪੈਂਦਾ ਸੀ। ਅੱਛਾ ਅੱਛਾ। ਹਾਂ, ਨਹੀਂ ਉਸ ਵੇਲੇ ਸੁਣਿਆ ਨਾ ਪਿੰਡ ਘੱਟ ਜਾਂਦੇ ਜਦੋਂ ਬੰਦਾ ਵਿਆਹ ਹੋਵੇ, ਬੰਦਾ ਚਾਹ ਹੁੰਦਾ ਵੀ ਚਲ ਮੈਂ ਮਿਲ ਆਵਾਂ। ਨਹੀਂ ਨਹੀਂ, ਉਹ ਕੋਈ ਤੁਹਾਡੇ ਦੋਸਤ ਇਹੋ ਜਿਹਾ ਕੋਈ ਕੰਮ ਨਹੀਂ ਸੀ ਹੁੰਦਾ? ਇਹ ਬਸ਼ਰਮੀ ਦਾ ਦੌਰ ਹੋਣਾ ਹੀ ਚੱਲਿਆ। ਅੱਛਾ, ਹੁਣ ਤੁਸੀਂ ਇਹ ਦੱਸੋ ਉੱਥੇ ਆਪਣਾ ਪਿੰਡ ਕਿਹੜਾ ਸੀਗਾ ਹਿੰਦੁਸਤਾਨ? ਤਹਿਸੀਲ ਦਸੂਆ ਸੀ, ਜ਼ਿਲ੍ਹਾ ਹੁਸ਼ਿਆਰਪੁਰ ਸੀ, ਅਤੇ ਪਿੰਡ ਦਸੂਆ ਸ਼ਹਿਰ ਸੀ। ਪਿੰਡ ਪਿੰਡ ਸਮਾਨ ਸੀ ਸੀ। ਹਾਂਜੀ, ਸਮਾਨ ਸੀ ਪਿੰਡ ਸੀ। ਅੱਛਾ, ਉਹ ਕੋਈ ਆਂਢ ਗੁਆਂਢ ਕੋਈ 2-4 ਪਿੰਡਾਂ ਦੇ ਨਾਂ ਲਵੋ ਤਾਂ? ਸਿੰਘਪੁਰ ਸੀ, ਅੱਗੇ ਇੱਕ ਮਾਰਕ ਪਿੰਡ ਸੀ, ਕਲਿਆਣਪੁਰ ਸੀ, ਚੰਗਲੇ ਸੀ, ਮਹਦੀਪੁਰ ਸੀ, ਜੰਡ ਸੀ, ਖੈਰਾਬਾਦ ਸੀ, ਬੜੇ ਪਿੰਡ ਸੀ। ਅਤੇ ਤੁਹਾਡੇ ਪਿੰਡ ਦੇ ਵਿੱਚ ਬਹੁਤ ਹੀ ਆਬਾਦੀ 'ਚ ਕੌਣ ਲੋਕ ਰਹਿੰਦੇ ਸੀਗੇ? ਰਾਣੀ ਜਾਂਦੇ ਸੀ ਆਬਾਦੀ ਸਾਡੀ। ਮੁਸਲਮਾਨਾਂ ਦਾ ਪਿੰਡ ਸੀ? ਹਾਂ, ਮੁਸਲਮਾਨਾਂ ਦਾ ਪਿੰਡ ਸੀ। ਸਿੱਖਾਂ ਦੇ ਐਵੇਂ ਘਰ ਸੀ 3-4 ਹੀ। ਅੱਛਾ, ਉਹ ਲੋਹਾਰਾ ਤਰਖਾਣਾ ਘਰ ਸੀ। ਪਿੰਡ ਕਿੱਦਾਂ ਦਾ ਸੀਗਾ? ਪਿੰਡ ਚੰਗਾ ਸੀ, ਪਿੰਡ ਬੜਾ ਵੱਡਾ ਸੀ। 4 ਨੰਬਰਦਾਰ ਸੀ ਸਾਡੇ ਪਿੰਡ। ਕੌਣ ਕੌਣ ਨੰਬਰਦਾਰ ਕਿਹੜੇ ਕਿਹੜੇ ਸੀਗੇ? 4 ਨੰਬਰਦਾਰ ਸੀ, 1 ਜੱਟਾਂ ਦਾ ਨੰਬਰਦਾਰ ਸੀ, 3 ਰਾਈਆਂ ਦੇ ਨੰਬਰਦਾਰ ਸੀ। ਕੀ ਨਾਂ ਸੀ ਉਹਨਾਂ ਦੇ ਨੰਬਰਦਾਰਾਂ ਦੇ? ਇੱਕ ਦਾ ਨਾਂ ਸ਼ੇਰ ਅਲੀ ਸੀ, ਇੱਕ ਦਾ ਨਾਂ ਕਾਸ਼ਮ ਅਲੀ ਸੀ, ਅਤੇ ਇੱਕ ਦਾ ਨਾਂ ਮੁਹੰਮਦ ਹੁਸੈਨ ਸੀ। ਅੱਛਾ, ਇੱਦਾਂ ਇੱਕ ਦਾ ਨਾਂ ਦਾ ਨਹੀਂ ਮੈਨੂੰ ਪਤਾ ਹੁਣ। ਹਾਂ, ਅਤੇ ਉੱਥੇ ਪਿੰਡ 'ਚ ਆਪਣਾ ਜਿਹੜਾ ਘਰ ਸੀਗਾ ਉਹ ਕੱਚਾ ਬਣਿਆ ਸੀ ਜਾਂ ਪੱਕਾ ਸੀਗਾ? ਪੱਕਾ ਸੀ। ਕਿੰਨੇ ਕੁ ਕੋਠੇ ਹੋਣੇ ਕਮਰੇ? ਕਮਰੇ 3 ਸੀ। 3? ਹਾਂ, ਠੀਕ। ਅਤੇ ਮੱਝਾਂ ਗਾਵਾਂ ਹੀ ਰੱਖੀਆਂ ਹੋਣੀਆਂ? ਮੱਝਾਂ ਰੱਖੀਆਂ। ਕਿੰਨੀਆਂ ਕੁ ਸੀਗੀਆਂ? 4 ਮੱਝਾਂ ਸਾਡੇ ਕੋਲ। ਅੱਛਾ, ਅਤੇ ਬਜ਼ੁਰਗਾਂ ਦਾ ਕਾਰੋਬਾਰ ਕੀ ਸੀਗਾ? ਜ਼ਮੀਨ ਹਲਵਾਈ ਦਾ। ਆਪਣੀ ਜ਼ਮੀਨ ਸੀਗੀ ਜਾਂ ਕਿਸੇ ਦੀ? ਆਪਣੀ ਜ਼ਮੀਨ ਸੀ। ਕਿੰਨੀ ਕੁ ਸੀਗੀ ਜ਼ਮੀਨ? ਆਪਣੀ ਮੇਰੇ ਬਾਪ ਦੀ 10 ਕਿੱਲੇ ਜ਼ਮੀਨ ਸੀ। 10 ਕਿੱਲੇ? ਅਤੇ ਮੇਰਾ ਬਾਪ 4 ਭਰਾ ਸੀ, ਚੌਹਾਂ ਦੀ 10-10 ਕਿੱਲੇ ਸੀ। ਕੀ ਨਾਂ ਸੀ ਤੁਹਾਡੇ ਚਾਚਿਆਂ ਦੇ? ਸ਼ਾਮ ਮੁਹੰਮਦ ਇੱਕ ਦਾ ਨਾਂ, ਇੱਕ ਦਾ ਨਾਂ ਸਰਦਾਰ ਸੀ, ਇੱਕ ਦਾ ਨਾਂ ਕਾਸ਼ਮਾਈ। ਠੀਕ ਹੈ। ਚਾਚੇ ਵੀ ਤੁਹਾਡੇ ਸਾਰੇ ਵਿਆਹੇ ਸੀਗੇ? ਚਾਚੇ ਵੀ ਸਾਰੇ ਵਿਆਹੇ ਸੀ। ਅੱਛਾ, ਫਿਰ ਤਾਂ ਵੱਡੀ ਸਾਰਾ ਟੱਬਰ ਹੋਣਾ। ਹਾਂ, ਚਾਚੀਆਂ ਵੀ ਹੋਣੀਆਂ। ਹਾਂਜੀ, ਤੁਹਾਡੇ ਪਿਤਰੇ ਚਾਚਿਆਂ ਦੇ ਮੁੰਡੇ ਵੀ ਹੋਣੇ ਆ? ਸਾਰੇ ਸਾਰੇ ਸੀਗੇ। ਸਾਰੇ ਇਕੱਠੇ ਇੱਕੋ ਘਰ 'ਚ ਰਹਿੰਦੇ ਸੀ ਜਾਂ ਉਹਨਾਂ ਦੇ ਘਰ? ਨਹੀਂ, ਵੱਖਰੋ ਵੱਖਰੇ ਸੀ। ਹਾਂ ਹਾਂ। ਅੱਛਾ, ਅਤੇ ਤੁਹਾਡੇ ਪਿੰਡ ਦੀਆਂ ਗਲੀਆਂ ਕੱਚੀਆਂ ਸੀ ਜਾਂ ਪੱਕੀਆਂ ਸੀ? ਕੱਚੀਆਂ ਸੀ। ਕੱਚੀਆਂ ਸੀਗੀਆਂ? ਹਾਂ, ਹੁਣ ਪੱਕੀਆਂ ਲੱਗ ਪਈਆਂ ਸੀ ਹੁਣ। ਹਾਂ ਹਾਂ, ਅਜਾੜੇ ਪੈ ਗਏ ਤਾਂ ਪੱਕੀਆਂ ਹੁੰਦੀਆਂ ਸੀ। ਅੱਛਾ, ਹਾਂ, ਠੀਕ ਠੀਕ। ਅਤੇ ਪਿੰਡ ਕੋਈ ਸਕੂਲ ਵੀ ਸੀਗਾ ਤੁਹਾਡੇ? ਸਕੂਲ 2 ਸੀ। ਕਿਹੜੇ ਕਿਹੜੇ? ਸਰਕਾਰੀ ਸੀ ਜਾਂ ਪ੍ਰਾਈਵੇਟ? ਇੱਕ ਸਰਕਾਰੀ ਸੀ, ਇੱਕ ਪ੍ਰਾਈਵੇਟ ਸੀ। ਸਰਕਾਰੀ ਕਿੱਥੋਂ ਤੱਕ ਪੜ੍ਹਾਉਂਦੇ ਸੀਗੇ? ਦਸੂਏ ਸਰਕਾਰੀ ਸਰ, ਦਸੂਆ ਸ਼ਹਿਰ ਸਾਨੂੰ ਮੀਲ ਲਿਖੀ ਸੀ। ਅੱਛਾ, ਹਾਂ। ਤੁਸੀਂ ਫਿਰ ਗਏ ਸਕੂਲੇ? ਥੋੜ੍ਹੇ ਦਿਨ ਗਿਆ ਸੀ, ਨਹੀਂ ਸੀ ਗਿਆ। ਕਿਉਂ? ਥੋੜ੍ਹੇ ਦਿਨ ਜਾ ਕੇ ਬਸ ਆਪਣੇ ਜੀਵੀਦਾਰੀ 'ਚ ਪਿਆ ਗਿਆ। ਨਹੀਂ, ਕੀ ਵਜ੍ਹਾ ਕੀ ਬਣੀ ਸਕੂਲੇ ਥੋੜ੍ਹੇ ਦਿਨ ਜਾ ਕੇ ਛੱਡਤਾ? ਉਦੋਂ ਇੱਦਾਂ ਦਾ ਹਿਸਾਬ ਕਿਤਾਬ ਸੀਗਾ ਬਈ, ਚਲੋ ਬਈ ਜੇ ਸਕੂਲੇ ਨਹੀਂ ਜਾਣਾ ਹਰ ਬਾਹੋ ਡੰਗਰ ਚਾਰੋ ਚਲੋ। ਹਾਂ, ਨਹੀਂ ਕੋਈ ਤਾਂ ਨਾ ਮਾਸਟਰ ਨੇ ਵੱਡੇ ਵੱਡੇ ਮੁੰਡੇ? ਮੇਰੇ ਭਾਈ ਜਿਹੜੇ ਸੀ 7 ਭਰਾ ਸੀ। ਮਾਸ਼ਾ, ਮੇਰੇ ਭਾਈ ਜਿਹੜੇ ਸੀ ਉਹ 10-10 ਪੜ੍ਹੇ ਸੀ ਉੱਧਰ।
ਅਸੀਂ ਸੱਤ ਭਾਈ ਸੀ ਨਹੀਂ ਤੁਹਾਡੇ ਬੜੇ ਕਿੰਨੇ ਸੀਗੇ ਮੈਂ ਵੱਡਾ ਸੀ ਅੱਛਾ ਸਭ ਤੋਂ ਬੜੇ ਤੁਸੀਂ ਸੀਗੇ ਹਾਂ ਠੀਕ ਫਿਰ ਖੇਡਾਂ ਕਿਹੜੀਆਂ ਖੇਡਦੇ ਰਹੇ ਤੁਸੀਂ ਹਾਂਜੀ ਛੋਟੇ ਹੁੰਦਾ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀਗੇ ਘੋਲਣਾ ਕੌਡੀ ਕੌਡੀ ਖੇਡਣੀ ਹੋਰ ਹਾਂ ਕੋਈ ਹੋਰ ਕੋਈ ਲੁੱਕਣ ਮਿੱਟੀ ਉਹ ਤਾਂ ਬਾਲਾਂ ਦੀ ਹੁੰਦੀ ਆ ਉਹੀ ਜਿਹੜੇ ਤੁਸੀਂ ਬੱਚੇ ਹੁੰਦੇ ਸੀ ਉਸੇ ਦੀ ਗੱਲ ਕਰ ਬੱਚੇ ਬਥੇਰੀਆਂ ਖੇਡਾਂ ਖੇਡਦੇ ਆ ਕੋਈ ਤੁਹਾਡਾ ਕੋਈ ਬੇਲੀ ਕੋਈ ਸਿੱਖ ਜਾਂ ਕੋਈ ਸੀਗਾ ਬੜੇ ਕੋਈ ਨਾਂ ਦੱਸੋ ਉਹਨਾਂ ਦੇ ਅੱਛਾ ਸਿੰਘ ਨਾਂ ਸੀ ਉਹਦਾ ਇੱਕ ਤਾਂ ਹਵਰ ਸਿੰਘ ਨਾਂ ਸੀ ਹਵਰ ਸਿੰਘ ਇੱਕ ਤਾਂ ਖੁਸ਼ਹਾਲ ਸਿੰਘ ਸੀ ਇੱਕ ਦਾ ਨਾਂ ਜੀਤ ਸਿੰਘ ਸੀ ਇਹ ਉੱਥੇ ਤੁਹਾਡੇ ਪਿੰਡ ਰਹਿੰਦੇ ਸੀ ਜਾਂ ਕਿਸੇ ਹੋਰ ਪਿੰਡ 'ਚ ਰਹਿੰਦੇ ਸਾਡੇ ਪਿੰਡ ਦੇ ਸੀ ਤੁਸੀਂ ਸ਼ਰਾਰਤਾਂ ਵੀ ਕਰਦੇ ਹੋਵੋਗੇ ਕਿਸੇ ਗੰਨੇ ਭਾਲ ਲਿਆਂਦੇ ਕੋਈ ਏਦਾਂ ਦਾ ਨਹੀਂ ਇਹ ਕੰਮ ਹੈ ਹੀ ਨਹੀਂ ਸੀ ਉੱਥੇ ਤੁਹਾਡੇ ਪਿੰਡ ਕੋਈ ਬਾਗ ਬੂਗ ਸੀਗੇ ਬਾਗ ਅਸੀਂ ਕਾਹਦੇ ਕਿਨੂਆ ਦੇ ਅੰਬਾਂ ਦੇ ਬਾਗ ਸੀ ਬਹੁਤੇ ਤਿੰਨ ਬਾਗ ਸੀ ਅੱਛਾ ਅੰਬਾਂ ਦੇ ਅਤੇ ਕਲੀਆਂ ਜਿਹੜੀਆਂ ਹੁੰਦੀਆਂ ਇਹ ਬੜੀਆਂ ਲਾਈਆਂ ਇਸ ਅਤੇ ਉਹ ਜਿਹੜੇ ਅੰਬਾਂ ਦਾ ਬਾਗ ਕਿਹਦਾ ਸੀਗਾ ਉਹਦਾ ਮਾਲਕ ਕੌਣ ਸੀਗਾ ਉਹ ਹੁਣ ਮੈਨੂੰ ਯਾਦ ਨਹੀਂ ਜੀ ਤੁਹਾਡੇ ਪਿੰਡ ਦੇ ਵਿੱਚ ਫਿਰ ਕੋਈ ਸਿਆਸੀ ਲੀਡਰ ਤਕਰੀਰ ਕਰਨ ਲਈ ਆਉਂਦੇ ਸੀਗੇ ਤਕਰੀਰ ਹਾਂਜੀ ਕੌਣ ਕਿਹਨੂੰ ਕਿਹਨੂੰ ਦੇਖਿਆ ਤੁਸੀਂ ਆਪਣੀ ਜ਼ਿੰਦਗੀ 'ਚ ਉੱਥੇ ਤਕਰੀਰ ਕਰਨ ਲਈ ਆਉਂਦੇ ਸ਼ਾਹ ਮੁਹੰਮਦ ਰਾਈ ਆ ਇੱਕ ਸੀ ਅੱਛਾ ਇੱਕ ਲਾਹੀ ਬਸ਼ ਹਕੀਮ ਸੀ ਉਹ ਵੀ ਰਾਈ ਸੀ ਅੱਛਾ ਹੋਰ ਜਿਹੜੇ ਬਾਹਰੋਂ ਆਉਣੇ ਇਹ ਸਾਡੇ ਪਿੰਡ ਦੇ ਹੀ ਸੀ ਇਹ ਧਰਮਕੋਟ ਬੈਠੇ ਸੀ ਆਣ ਕੇ ਅੱਛਾ ਅਤੇ ਬਾਕੀ ਬਥੇਰੇ ਆਉਂਦਾ ਸੀ ਬਾਹਰੋਂ ਤਰੀਕਾ ਤਰੁਕਾ ਕਾਨੇ ਇੱਕ ਭਗਾਏ ਦਾ ਰਾਜ ਸੀ ਰਜਬੂਤ ਬਹੁਤਾ ਉਹ ਆਉਂਦਾ ਜਾਂਦਾ ਸੀ ਉਹਦੇ ਬਾਈ ਪਿੰਡ ਸੀ ਉਹ ਕੀ ਤਕਰੀਰ ਕੀ ਕਹਿੰਦੇ ਕੀ ਕਰਦੇ ਹੁੰਦੇ ਸੀ ਕੀ ਕਹਿੰਦੇ ਸੀ ਉਦੋਂ ਅਸੀਂ ਜਿਹੜਾ ਅਣਜਾਣ ਸੀ ਬੇਸਮਝ ਸੀ ਕੁਝ ਤਕਰੀਰਾਂ 'ਚ ਨਾ ਜਾਣਾ ਨਾ ਸੁਣਨੀਆਂ ਨਾ ਸਿਆਣੇ ਸੁਣਨ ਨਾ ਸੁਣਨ ਅੱਛਾ ਸਾਨੂੰ ਬਾਲਾਂ ਨੂੰ ਕੀ ਉਹਨੇ ਨਾਲ ਨਹੀਂ ਮਾਸ਼ਾ ਜਦੋਂ 23 ਸਾਲ ਤੁਹਾਡੀ ਜ਼ਿੰਦਗੀ ਹੋ ਗਈ ਆਖਰ ਜਵਾਨ ਕੜੀਅਲ ਪਿੰਡ ਦੇ ਵਿੱਚ ਇਹੋ ਜਿਹਾ ਸ਼ੌਕ ਹੀ ਨਹੀਂ ਸੀ ਵੀ ਸੁਣਨਾ ਸਾਰਨਾ ਅੱਛਾ ਆਪਣੇ ਡੰਗਰ ਕਿੰਨੇ ਸੀਗੇ ਡੰਗਰ 4 ਮੱਝਾਂ ਸੀ 2 ਬੌਲ ਸੀ ਸਾਡੇ ਕੋਈ ਕੱਟੀਆਂ ਕੱਟੀਆਂ ਕੁੱਟੀਆਂ ਨਾਲ ਹੁੰਦੀਆਂ ਹੀ ਆ 2-4 ਦੁੱਧ ਪੀਂਦੇ ਹੋਣੇ ਖੂਬ ਦੁੱਧ ਖਾਲਸ ਕਿੰਨਾ ਕੁ ਦੁੱਧ ਪੀ ਲੈਂਦੇ ਸੀ ਰੋਜ਼ ਦਾ ਰੋਜ਼ ਦਾ ਦੁੱਧ ਜੀ ਮਾਵਾਂ ਸਾਡੀਆਂ ਨੇ ਸਾਨੂੰ ਗਲਾਸ ਗਲਾਸ ਦੇਣਾ ਪੀ ਲੈਣਾ ਅੱਛਾ ਰੋਟੀ ਰੋਟੀ ਤਾਂ ਫਿਰ ਜਿਹੜੀ ਖਾਣੀ ਥੋੜ੍ਹੀ ਬਹੁਤੀ ਖਾ ਹੀ ਲੈਣੀ ਰੋਟੀ ਕਿਸ ਲਈ ਖਾਂਦੇ ਸੀਗੇ ਨਾਸ਼ਤਾ ਕਰਦੇ ਸੀਗੇ ਜਾਂ ਦੁਪਹਿਰੇ ਰੋਟੀ ਖਾਣੀ ਸਿਰਫ ਨਹੀਂ ਜੀ ਸਵੇਰ ਨੂੰ ਰੋਟੀ ਖਾ ਲੈਂਦੇ ਸੀ ਫਿਰ ਦੁਪਹਿਰ ਨੂੰ ਵੀ ਖਾਂਦੇ ਗਰਮੀਆਂ ਨੂੰ ਅੱਛਾ ਅਤੇ ਸਿਆਲਾਂ ਨੂੰ 2 ਟਾਈਮ ਹੀ ਰੋਟੀ ਬਸ ਅਤੇ ਖੇਤਾਂ ਵਿੱਚ ਤੁਹਾਡੀ ਅੰਮੀ ਵੀ ਕੰਮ ਕਰਨ ਜਾਂਦੀ ਸੀਗੀ ਹਾਂਜੀ ਖੇਤਾਂ ਵਿੱਚ ਤੁਹਾਡੀ ਅੰਮੀ ਨਾਲ ਕੰਮ ਕਰਨ ਜਾਂਦੀ ਸੀਗੀ ਨਹੀਂ ਉਹ ਨਹੀਂ ਜਾਂਦੇ ਅੱਛਾ ਸਾਡੇ ਨਹੀਂ ਸੀ ਜਾਂਦੇ ਅਤੇ ਹੋਰ ਲੋਕ ਜਾਂਦੇ ਹੁੰਦੇ ਸਾਡੇ ਅਤੇ ਤੁਹਾਡੇ ਪਿੰਡ ਦੇ ਵਿੱਚ ਪਾਣੀ ਦਾ ਕੀ ਬੰਦੋਬਸਤ ਸੀਗਾ ਕੋਈ ਬੰਦੋਬਸਤ ਨਹੀਂ ਸੀ ਅੱਛਾ ਬਾਰਿਸ਼ੀ ਇਲਾਕਾ ਸੀ ਫਸਲ ਚੰਗੇ ਹੁੰਦੇ ਸੀ ਕਮਾਲ ਹਰ ਚੀਜ਼ ਚੰਗੀ ਹੁੰਦੀ ਸੀ ਬਾਰਿਸ਼ੀ ਇਲਾਕਾ ਸੀ ਪਹਾੜੀ ਇਲਾਕਾ ਸੀ ਲਾਗੇ ਸਾਡੇ ਬਾਰਿਸ਼ ਤਾਂ ਸਾਡੇ
ਮਾੜਾ ਜਿਹਾ ਫਸਲ ਨੇ ਕਮਾਵਾ ਤਾਂ ਮੀਂਹ ਪੈ ਜਾਣਾ। ਹਾਂ, ਸਾਡੇ ਬਾਰਿਸ਼ੀ ਇਲਾਕਾ ਸੀ, ਖੂਹ ਤਾਂ ਕੋਈ ਨਹੀਂ ਸੀਗੇ। ਨਹੀਂ, ਫਸਲਾਂ ਕਿਹੜੀ ਕਿਹੜੀ ਹੁੰਦੀਆਂ ਸੀ? ਇੱਕ ਦੋ ਤਿੰਨ ਚਾਰ ਖੂਹ ਲੋਕਾਂ ਨੇ ਲਵਾਏ ਸੀ ਰਾਈਆਂ, ਬਾਕੀ ਖੂਹ ਅੱਡੇ ਕੋਈ ਨਹੀਂ ਸੀ। ਖੂਹਾਂ ਦੀਆਂ ਟਿੰਡਾਂ ਕੱਚੀਆਂ ਸੀ ਜਾਂ ਪੱਕੀਆਂ? ਪੱਕੀਆਂ। ਤੁਹਾਡੇ ਬਜ਼ੁਰਗਾਂ ਦਾ ਖੂਹ ਕੋਈ ਨਹੀਂ ਸੀਗਾ? ਨਹੀਂ। ਅੱਛਾ, ਫਿਰ ਜਦੋਂ ਇਹ ਉਜਾੜੇ ਪਏ ਆ, ਹਾਂਜੀ, ਤੇ ਕੀ ਵਜ੍ਹਾ ਕੀ ਬਣੀ ਪਿੰਡ ਛੱਡਣ ਦੀ? ਵਜ੍ਹਾ ਫਿਰ ਰੌਲੇ ਪੈ ਗਏ ਵੀ ਇਹ ਇੱਥੇ ਮੁਸਲਮਾਨ ਨਹੀਂ ਰਹਿ ਸਕਦੇ। ਤੇ ਕੌਣ ਕਹਿੰਦਾ ਸੀਗਾ? ਲੋਕ ਇੱਕ ਦੂਜੇ ਨੂੰ ਆਉਂਦੇ ਸੀ, ਇੱਥੇ ਅਸੀਂ ਨਹੀਂ ਰਹਿ ਸਕਦੇ। ਫਿਰ ਕੈਂਪ ਲੱਗ ਗਏ ਸੀ, ਕੈਂਪਾਂ 'ਚ ਆਏ ਸੀ, ਅਸੀਂ 2 ਮਹੀਨੇ ਕੈਂਪਾਂ 'ਚ ਬੈਠੇ ਰਹੇ ਸੀ। ਕੈਂਪ ਕਿੱਥੇ ਲੱਗਾ ਸੀਗਾ? ਕੈਂਪ ਦਸੂਏ ਲੱਗਾ ਸੀ। 2 ਮਹੀਨੇ ਉੱਥੇ ਕੈਂਪ 'ਚ ਬੈਠੇ? ਹਾਂ। ਉੱਥੋਂ ਨਿਕਲ ਕੇ ਫਿਰ ਕੈਂਪ ਹਕੂਮਤ ਗਈ, ਮੁਸਲਮਾਨਾਂ ਦੇ ਫੌਜੀ ਇਹਨਾਂ ਨੇ ਜਾ ਕੇ ਕੈਂਪ ਸਾਡਾ ਆਉਂਦਾ ਸੀ। ਅੱਛਾ। ਤੇ ਦਸੂਏ 'ਤੇ ਕੋਈ ਜੱਥਾ ਤਾਂ ਨਹੀਂ ਸੀ ਪਿਆ? ਨਹੀਂ, ਤੁਹਾਡੇ ਪਿੰਡ ਦੇ ਜੱਥਾ ਤਾਂ ਨਹੀਂ? ਕੋਈ ਨਹੀਂ ਸੀ ਪਿਆ। ਅੱਛਾ। ਸਾਡੇ ਪਿੰਡ ਤੋਂ ਜੀ ਲੋਕ ਡਰਦੇ ਸੀ, ਪਿੰਡ ਵੱਡਾ ਸੀ, ਇੱਥੇ ਜਥਾ ਉਹਨਾਂ 5-7 ਪਿੰਡਾਂ 'ਚ ਹੀ ਜਥਾ ਕੋਈ ਨਹੀਂ ਸੀ ਪਿਆ। ਕਿਹੜੇ 5-7 ਪਿੰਡ ਤੁਹਾਡੇ ਆਂਢ ਗੁਆਂਢ ਸੀਗੇ? ਕੋਟੜੀ, ਕਲਿਆਣਪੁਰ, ਜੰਡ, ਛਾਂਗਲੇ, ਇਹਨਾਂ ਪਿੰਡਾਂ 'ਚ ਕੋਈ ਜਥਾ ਨਹੀਂ ਸੀ ਪਿਆ। ਬੜੇ ਅਮਨ ਨਾਲ ਉੱਠੇ ਸੀ ਲੋਕ। ਤੇ ਦਸੂਏ ਫਿਰ ਕੈਂਪ ਕਿੰਨੇ ਅਰਸਾ ਰਹੇ? 2 ਮਹੀਨੇ? 2 ਮਹੀਨੇ ਰਹੇ। ਅੱਛਾ। ਕੈਂਪ ਦੇ ਵਿੱਚ ਫਿਰ ਖਾਣ ਪੀਣ ਦਾ ਕੀ ਬੰਦੋਬਸਤ ਸੀਗਾ? ਆਪਣੇ ਘਰਾਂ ਤੋਂ ਦਾੜੇ ਦੂੜੇ ਲੈ ਕੇ ਤੁਰੇ ਸੀ, ਗੱਡੇ ਸੀ, ਗੱਡਿਆਂ 'ਤੇ ਆਪਣਾ ਆਟਾ ਉੱਟਾ ਲੈ ਕੇ ਦਾਣੇ ਦੂਣੇ ਫਿਰ ਚੱਲੇ ਸੀ। ਤਾਂ ਫਿਰ ਜਦੋਂ ਆਟਾ ਮੁੱਕ ਜਾਂਦਾ ਸ਼ਹਿਰ ਮਸ਼ੀਨ ਤੋਂ ਦਾਣੇ ਪਿਆ ਲੈਂਦੇ ਸੀ। ਹਾਂ। ਕੋਈ ਬਿਮਾਰੀ ਸ਼ਮਾਰੀ ਤਾਂ ਨਹੀਂ ਫੈਲੀ? ਨਹੀਂ, ਕੋਈ ਨਹੀਂ ਸੀ। ਅੱਛਾ। ਮੌਸਮ ਕਿੱਦਾਂ ਦਾ ਸੀ ਉਹਨਾਂ ਦਿਨਾਂ ਦੇ ਵਿੱਚ? ਮੌਸਮ ਇਹੋ ਹੀ ਸੀ, ਭਾਦੋ ਸੀ ਜਦੋਂ ਅਸੀਂ ਉੱਠੇ ਹਾਂ, ਭਾਦੋ ਸੀ। ਰੋਜ਼ੇ ਰੱਖ ਕੇ? ਰੋਜ਼ੇ ਵੀ ਰੱਖੇ, ਪੇਂਡੀ ਈਦ ਵੀ ਅਸੀਂ ਪੇਂਡੀ ਕੀਤੀ ਸੀ ਛੋਟੀ। ਹਾਂ। ਅੱਛਾ। ਈਦ ਅਮਨ ਸਕੂਨ ਨਾਲ ਕਰ ਲਈ? ਬੜੇ ਸਕੂਨ ਨਾਲ ਰੱਖੇ, ਬੰਦੇ ਬਹਾਲ ਕੇ ਫਿਰ ਪੜ੍ਹੀ ਸੀ। ਅੱਛਾ। ਹਾਂ। ਫਿਰ ਪਿੰਡ ਛੱਡਦਾ ਕੈਂਪ 'ਚ ਆ ਕੇ? ਹਾਂਜੀ, ਫਿਰ ਪਿੰਡ ਛੱਡਣੇ ਪਏ। 2 ਮਹੀਨੇ ਕੈਂਪ 'ਚ ਰਹੇ ਤੁਸੀਂ? ਹਾਂ, 2 ਮਹੀਨੇ। ਅਤੇ 2 ਮਹੀਨੇ ਬਾਅਦ ਫਿਰ ਕੀ ਫੌਜ ਆਈ ਸੀਗੀ ਲੈਣ ਲਈ? ਸਾਡੇ ਕੈਂਪ ਨੂੰ ਸਰਕਾਰੀ ਬੱਸਾਂ ਗਈਆਂ ਸੀ। ਅੱਛਾ। ਰਾਸ਼ਨ ਲੈ ਕੇ ਵੀ ਜਿਹਨਾਂ ਨੂੰ ਰਾਸ਼ਨ ਲੋਕਾਂ ਨੂੰ ਜਾ ਕੇ ਦਿਓ, ਉਹਨਾਂ ਨੂੰ ਆਰਡਰ ਸੀ ਵੀ ਕੋਈ ਬੁੱਢੀ ਜੀ ਬੰਦਾ, ਕੋਈ ਮਰਦ ਬੁੱਢਾ ਬੰਦਾ, ਇਹਨਾਂ ਨੂੰ ਆਉਂਦੇ ਲੈ ਆਇਓ। ਉੱਥੇ ਫਿਰ ਸਬਜ਼ੇ ਹੋਣ ਡੇ ਪਏ, ਮੁੱਲ ਕੀ ਚੜ੍ਹਨ ਡੇ ਪਏ। ਕੋ ਆਖੇ ਮੈਂ ਇੰਨੇ ਪੈਸੇ ਦਿੰਦਾ, ਮੈਨੂੰ ਪਾਕਿਸਤਾਨ ਲੈ ਚਲੋ, ਕੋ ਆਖੇ ਇੰਨੇ ਦਿੰਦੇ। ਅਤੇ ਮੈਂ ਤਾਂ ਇੱਕ ਮੁੰਡਾ ਮਕੇਰੀਆ ਤੋਂ ਸੀ, ਅਸੀਂ ਵੀ ਨਿਕਲ ਤੁਰੇ ਸੀ ਐਸ ਕੇਲੇ। ਕੋਈ 2 ਕੁ ਮੀਲ ਆ ਕੇ ਨਾ ਇੱਕ ਝਾੜ ਬੂਝੇ ਸੀ, ਫਿਰ ਅਸੀਂ ਉੱਥੇ ਲੁਕੇ ਰਹੇ ਰਾਤ, ਅਸੀਂ ਉੱਥੇ ਰਹੇ। ਅਤੇ ਦਿਨ ਨੂੰ ਫਿਰ ਉਹ ਬੱਸਾਂ ਆਈਆਂ ਉੱਥੇ ਆਣ ਕੇ, ਉਹਨਾਂ ਨਾਲ ਅਸੀਂ ਰਲ ਗਏ। ਫਿਰ ਮੈਂ ਇਕੱਲਾ ਹੀ ਆਪਣੇ ਘਰਦਿਆਂ 'ਚੋਂ ਪਾਕਿਸਤਾਨ 'ਚ ਪਹਿਲਾਂ ਆ ਗਿਆ ਸੀ। ਬਾਕੀ ਦੇ ਬਾਅਦ ਕਾਫਲੇ 'ਚ ਆਏ ਸੀ। ਖੈਰ ਕਰੀ ਨਾ ਪਹੁੰਚ ਗਏ ਸਾਰੇ? ਹਾਂ, ਖੈਰੀ ਬੜੇ ਅਮਨ ਨਾਲ ਪਹੁੰਚੇ। ਉਹ ਗੱਡੀਆਂ 'ਚ ਆਏ ਸੀਗੇ? ਹਾਂ, ਗੱਡੇ ਆਉਂਦੇ ਸੀ, ਅਸੀਂ ਆਪਣੇ ਢੱਗੇ ਜੋੜੇ ਸੀ। ਅਤੇ ਦਸੂਏ 'ਚੋਂ ਫਿਰ ਚੱਲ ਕੇ ਕਿੱਦਾਂ ਕਿੱਦਾਂ ਆਏ? ਦਸੂਏ ਚੱਲ ਗਏ ਸ਼ਹਿਰ, ਸਾਨੂੰ 1 ਮੀਲ ਸੀ ਸਾਡਾ, ਉੱਥੇ ਬਣਾ ਸੀ ਸਰਕਾਰੀ, ਉੱਥੇ ਲੋਕ ਆਣ ਕੇ ਇਕੱਠੇ ਹੋ ਗਏ ਸੀ। ਬੜਾ ਵੱਡਾ ਬਣਾ ਸੀ, ਸਰਕਾਰੀ ਜ਼ਮੀਨ ਪਈ ਸੀ, ਉੱਥੇ ਲੋਕ ਸਾਰੇ ਜਿੰਨੇ ਆਲੇ ਦੁਆਲੇ ਲੋਕ ਸੀ ਉੱਥੇ ਆਣ ਕੇ ਇਕੱਠੇ ਹੋਏ। ਫਿਰ ਲਾਹੌਰ ਆ ਗਏ ਤੁਸੀਂ? ਫਿਰ ਲਾਹੌਰ ਆਏ, ਤੁਰ ਗਏ ਆਏ ਨਾ ਉੱਥੇ। ਲਾਹੌਰ ਕੈਂਪ 'ਚ ਰਹੇ ਸੀਗੇ? ਲਾਹੌਰ ਇੱਕੋ ਦਿਹਾੜੀ ਰਹੇ ਆ। ਅੱਛਾ, ਕਿਸ ਜਗ੍ਹਾ 'ਤੇ? ਉੱਥੇ ਸਾਡਾ ਮਾਮਾ ਸੀ ਇੱਕ, ਉਹਦੇ ਕੋਲ ਰਹੇ ਸੀ ਇੱਕ ਦਿਹਾੜੀ। ਅਤੇ ਬਾਕੀ ਜਿਹੜੇ ਸੀ ਗੱਡਿਆਂ ਗੁੱਡਿਆਂ 'ਚ ਆ ਗਏ ਸੀ। ਅੱਛਾ। ਹਾਂ। ਮਾਮਾ ਤੁਹਾਡਾ ਕਿੱਥੇ ਰਹਿੰਦਾ ਸੀਗਾ? ਸ਼ਾਹੂ ਦੀ ਗੜੀ। ਸ਼ਾਹੂ ਦੀ ਗੜੀ? ਸ਼ਾਹੂ। ਹਾਂ।
ਤੇ ਕੱਲਾ ਤਾਂ ਸੀ ਥਾਣੇਦਾਰ ਹੈ ਧਰਮਗੌੜ ਦਾ, ਮੈਨੂੰ ਉਹਦੇ ਨਾਂ ਦਾ ਪਤਾ ਸੀ, ਮੈਂ ਪਹਿਲੇ ਉਹਦੇ ਕੋਲ ਆਇਆ ਸੀ। ਅੱਛਾ, ਉਹਨੇ ਫਿਰ ਮੈਨੂੰ ਆਪਣੇ ਮਾਮੇ ਕੋਲ ਵੀ ਖੜਿਆ, ਕੱਲਾ ਰਾਗੀ ਤਾਂ ਉਹਨੇ ਮੈਲਾ ਮੋਲਾ ਸੀ, ਉਹਨੇ ਫਿਰ ਨਵੇਂ ਮੇਰੇ ਪਾਏ ਸੀ। ਹਾਂ, ਚੰਗੀ ਫਾਜ਼ਤ ਮੇਰੀ ਉਹਨੇ ਕੀਤੀ ਸੀ, ਇਹ ਧਰਮਗੌੜ ਦਾ ਸੀ ਉਹ। ਬੜੇ ਔਖੇ ਦਿਨ ਦੇਖੇ ਸੀ, ਬਹੁਤ ਔਖੇ ਦਿਨ ਦੇਖੇ। ਮੈਂ ਦੋ ਤਿੰਨ ਦਿਨ ਭੁੱਖਾ ਵੀ ਰਿਹਾ ਸੀ, ਰੋਟੀ ਨਹੀਂ ਲੱਭਦੀ। ਉਹ ਕਿਹੜਾ ਕਿਹੜੀ ਜਗ੍ਹਾ ਸੀਗੀ ਜਿੱਥੇ ਰੋਟੀ ਨਹੀਂ ਲੱਭੀ? ਅੰਮ੍ਰਿਤਸਰ ਅਸੀਂ ਆ ਗਏ ਸੀ, ਉਦੋਂ ਰੋਟੀ ਨਹੀਂ ਸੀ ਲੱਭਦੀ। ਅੰਮ੍ਰਿਤਸਰ ਕਿੱਥੇ ਰਹੇ ਤੁਸੀਂ? ਅੰਮ੍ਰਿਤਸਰ ਉੱਥੋਂ ਕਾਫਲਾ ਉੱਠ ਕੇ ਗਿਆ ਸੀ, ਉੱਥੇ ਹੀ ਆਣ ਕੇ ਬੈਠੇ ਸੀ। ਅੱਛਾ, ਅੰਮ੍ਰਿਤਸਰ ਫਿਰ ਕਿੰਨੇ ਦਿਨ ਰਹੇ ਸੀਗੇ? ਇੱਕੋ ਦਿਹਾੜੀ ਰਹੇ ਸੀ। ਅੱਛਾ, ਉਹ ਜਿਹੜਾ ਸਾਡੇ ਨਾਲ ਸੀ ਨਾ ਫੌਜੀ ਬੰਦਾ, ਉਹ ਬਹੁਤ ਅੱਲਾ ਦਾ ਬੰਦਾ ਸੀ, ਅੱਲਾ ਦਾ। ਉਹਨੇ ਬੜੀ ਕਾਫਲਾ ਬੜੇ ਪ੍ਰੇਮ ਨਾਲ ਆਉਂਦਾ ਸੀ ਉਹਨੇ। ਅੱਛਾ, ਅੰਮ੍ਰਿਤਸਰ ਤਾਂ ਕੋਈ ਹਮਲਾ ਨਹੀਂ ਹੋਇਆ ਕਾਫਲੇ 'ਤੇ? ਨਹੀਂ, ਕੋਈ ਨਹੀਂ ਹੋਇਆ। ਅੱਛਾ, ਉਹ ਜਿਹੜੀਆਂ ਖਦਰਾਣੀਆਂ ਸੀ ਨਾ, ਉਹ ਰੋਟੀਆਂ ਲੈ ਕੇ ਅਤੇ ਛੜੇ 'ਤੇ ਖੜੀਆਂ ਸੀ, ਉਹਨਾਂ ਮੁਸਲਮਾਨਾਂ ਨੂੰ ਦਿੰਦੀਆਂ ਸੀ। ਅਤੇ ਉਹ ਜਿਹੜਾ ਸਾਡਾ ਫੌਜੀ ਸੀ ਅਫਸਰ, ਉਹਨੇ ਕਿਹਾ ਸੀ ਵੀ ਰੋਟੀ ਕਿਸੇ ਤੋਂ ਲੈ ਕੇ ਨਾ ਖਾਇਓ, ਸ਼ਾਇਦ ਇਹਨਾਂ ਨੇ ਜ਼ਹਿਰ ਪਾਈ ਹੋਵੇ। ਅੱਛਾ, ਪਾਣੀ ਛੱਪੜਾਂ ਦਾ ਨਾ ਪੀਓ, ਸ਼ਾਇਦ ਇਹਨਾਂ ਨੇ ਜ਼ਹਿਰਾਂ ਪਾਈਆਂ ਹੋਣ। ਸਹੀ ਗੱਲ, ਬੜੇ ਅਹਤਾਤ ਨਾਲ ਉਹਨੇ ਆਉਂਦੇ ਸੀ, ਬੜੇ ਹੀ ਖਿਆਲ ਨਾਲ ਆਉਂਦੇ ਸੀ। ਬਰਬਾ ਸੀ, ਅਸੀਂ ਉੱਥੇ ਆਏ ਸੀ। ਉਹ ਤਾਏ ਦੇ ਨਾਂ ਸੀ, ਉਹਦੇ ਨਾਂ ਹੀ ਰਿਹਾ। ਕੀ ਨਾਂ ਸੀ ਤੁਹਾਡੇ ਤਾਏ ਦਾ? ਤਾਏ ਦਾ ਨਾਂ ਗੌਰ ਅਲੀ। ਅੱਛਾ, ਹਾਂ, ਉਹ ਮਰਬਾ ਉਹਦੇ ਕੋਲ ਹੀ ਰਿਹਾ। ਅੱਛਾ, ਸਾਨੂੰ ਫਿਰ ਪਿਛਲੀ ਜ਼ਮੀਨ ਸ਼ਾਹਪੁਰ ਭੱਠਾ ਸਾਦੇ 343 ਸਾਨੂੰ ਫਿਰ ਉੱਥੇ ਪੈ ਗਈ। ਠੀਕ ਆ, ਹਾਂ, ਕੋਈ 1414 ਕੋਈ ਉੱਥੇ ਪੈ ਗਈ, ਕੋਈ ਉੱਥੇ ਪੈ ਗਈ, ਦੋ ਤਾਂ ਹੀ ਪੈ ਗਈ। ਠੀਕ ਆ। ਅੱਛਾ, ਜਿਵੇਂ ਤੁਹਾਡਾ ਫਿਰ ਉਸਲੇ ਮਾਸ਼ਾਅੱਲਾ ਤੁਹਾਡਾ ਯਾਨੀ ਕਿ ਨਿਕਾਹ ਹੋ ਗਿਆ ਸੀਗਾ, ਫਿਰ ਰੁਖਸਤੀ ਪਾਕਿਸਤਾਨ ਬਣਨ ਤੋਂ ਬਾਅਦ ਹੋਈ ਆ? ਹਾਂਜੀ, ਇੱਥੇ ਰਾਣ ਕੇ ਫਿਰ ਸਾਡਾ ਆਉਣ ਜਾਣ ਹੋਇਆ, ਟੋਟਰਾ ਹੋਇਆ। ਹਾਂ, ਫਿਰ ਅਸੀਂ ਦਿਨ ਮਾੜੇ ਨਹੀਂ ਦੇਖੇ। ਅੱਛਾ, ਹਾਂ, ਬਹੁਤ ਅੱਲਾ ਨੇ ਸਾਡੇ ਦਿਨ ਚੰਗੇ ਰੱਖੇ ਆ। ਮਾਸ਼ਾਅੱਲਾ, ਬੜੀ ਅੱਛੀ ਗੱਲ। ਹਾਂ, ਕਦੀ ਮੀਆਂ ਬੀਵੀ ਦਰਮਿਆਨ ਕਦੀ ਫੱਡਾ ਫੁੱਡਾ ਪਿਆ ਹੋਣਾ? ਨਹੀਂ, ਹਾਂ, ਕੋਈ ਨਹੀਂ। ਅੱਛਾ, ਉਹ ਬੀਵੀ ਫਿਰ ਤਿੰਨ ਬੱਚੇ ਹੋਏ ਸੀ, ਉਹ ਫੌਤ ਹੋ ਗਏ। ਅੱਛਾ, ਹਾਂ, ਤਿੰਨ ਬੱਚੇ ਹੀ ਸੀ, ਫੌਤ ਹੋ ਗਏ। ਇਹ ਬਾਅਦ ਵਿੱਚ ਹੋਰ ਸ਼ਾਦੀ ਹੋਈ। ਫਿਰ ਹੋਰ ਸ਼ਾਦੀ ਕੀਤੀ? ਹਾਂ। ਅੱਛਾ, ਉਹਦੇ 'ਚ ਕਿੰਨੇ ਬੱਚੇ ਹੋਏ? ਉਹਦੇ 'ਚ ਕੋਈ ਨਹੀਂ, ਉਹ ਵੀ ਫਿਰ ਮਰ ਗਈ ਸੀ, ਫਿਰ ਹੋਰ ਸ਼ਾਦੀ ਕੀਤੀ, ਤੀਸਰੀ। ਹਾਂ। ਅੱਛਾ, ਉਹਦਾ ਕੀ ਨਾਂ ਸੀਗਾ ਪਹਿਲੀ ਜਿਹੜੀ? ਉਹ ਜਿਹੜੀ ਤੀਸਰੀ ਕੀਤੀ ਹੋ ਗਈ ਸ਼ਾਦੀ, ਬੰਦਾ ਦਾ ਫੌਤ ਹੋ ਗਿਆ ਸੀ, ਉਹਦੇ ਮੈਂ ਨਿਕਾਹ ਕੀਤਾ। ਅੱਛਾ ਅੱਛਾ, ਹਾਂ, ਠੀਕ ਆ। ਅਤੇ ਤੁਹਾਡੀ ਬੀਵੀ ਦਾ ਨਾਂ ਕੀ ਸੀਗਾ, ਪਹਿਲੀ ਬੀਵੀ ਦਾ ਨਾਂ? ਪਹਿਲੀ ਬੀਬੀ ਦਾ ਸੀ ਹਸਨ ਬੀਬੀ। ਠੀਕ ਆ, ਅਤੇ ਦੂਸਰੀ ਦਾ? ਹਾਂ, ਦੂਸਰੀ ਦਾ ਨਾਂ ਸੀ ਸੁਖਨਾ। ਠੀਕ ਆ, ਹਾਂ, ਅਤੇ ਤੀਸਰੀ ਜਿਹੜੀ? ਤੀਸਰੇ ਨਾਂ ਸੀ, ਉਹਦਾ ਨਾਂ ਸੀ ਏਬਨਾ। ਉਹ ਜਿੰਦੀ ਆ? ਨਹੀਂ, ਉਹ ਵੀ ਫੌਤ ਹੋ ਗਈ। ਫੌਤ ਹੋ ਗਈ। ਫਿਰ ਚੌਥੀ ਨਹੀਂ ਕੀਤੀ? ਨਹੀਂ, ਜਦੋਂ ਤੀਸਰੀ ਨਹੀਂ ਮਰੀ ਤਾਂ ਚੌਥੀ ਕਿੱਧਰੋਂ ਕਰਨੀ ਸੀ? ਉਹ ਮਰਦੀ ਗਾੜੀ ਹੁੰਦਾ ਰਿਹਾ। ਅੱਛਾ, ਨਹੀਂ, ਹੁਣ ਜਿਹੜੀ ਤੀਸਰੀ ਹੈਗੀ ਉਹ ਜੀਂਦੀ ਆ? ਆਹ। ਅੱਛਾ ਅੱਛਾ, ਫਿਰ ਠੀਕ ਆ। ਹਾਂਜੀ, ਬੱਚਾ ਕਿੰਨੇ ਅੱਲਾ ਨੇ ਦਿੱਤੇ? ਬੱਚਾ ਨੇ ਬੱਚੀਆਂ ਦੋ ਹੀ ਆ, ਪਹਿਲੀ ਜੋ ਹੀ। ਅੱਛਾ, ਪਹਿਲੀ 'ਚ? ਹਾਂ, ਠੀਕ ਠੀਕ। ਉਹ ਬੱਚੀ ਇੱਕ ਇੱਥੇ ਵੇਈ 92 'ਚ। ਅੱਛਾ, ਤਾਂ ਜ਼ਮੀਨ ਜਿਹੜੀ ਸੀ ਮੇਰੀ 5 ਕਿੱਲੇ, ਉਹ ਇਸ ਬੱਚੀ ਦੇ ਨਾਮ ਮੈਂ ਲਵਾ ਦਿੱਤੀ।
ਸ਼ੇਕੋ 332 ਦੇ ਵਿੱਚ ਵੀ ਆਈ ਆ, ਕੁਛ ਉਹਦੇ ਨਾਲ ਲਵਾਤੀ ਸੀ। ਇਹ ਹੁਣ ਮੈਂ ਇੱਥੇ ਬੱਚੀ ਕੋਲ ਰਹਿੰਦਾ। ਅੱਛਾ, ਬੱਚੀ ਕੋਲ ਆਇਆ। ਅੱਛਾ, ਫਿਰ ਕਦੀ ਆਪਣੇ ਪਿੰਡ ਯਾਦ ਆਇਆ ਕਦੀ ਪਿਛਲਾ? ਹਾਂਜੀ, ਪਿਛਲਾ ਯਾਦ ਵੀ ਕਰਾਂਗੇ ਤਾਂ ਕੀ ਕਰਨਾ? ਕਿਉਂ ਨਾ, ਉਹ ਹਰ ਚੀਜ਼ ਉੱਥੇ ਦੀਦੀ ਰਹਿੰਦੀ ਹੈ ਵੀ ਆਹ ਸਾਡੇ ਘਰ ਸੀ, ਆਹ ਸਾਡੀਆਂ ਪੈਲੀਆਂ ਸੀ, ਆਹ ਸਾਡੀ ਸੜਕਾਂ ਸੀ, ਆਹ ਸਭ ਕੁਛ। ਉਹ ਅੱਖਾਂ ਦੀ ਘੜੀ ਉੱਦਾਂ ਹੀ ਸਭ ਕੁਛ ਦੀ ਆ। ਨਹੀਂ, ਉਹ ਤਾਂ ਇੱਕ ਦੇਹ 'ਚ ਗੱਲ ਹੁੰਦੀ ਨਾ, ਦਿਲ ਤਾਂ ਕਰਦਾ ਵੀ ਜਾਣ ਨੂੰ, ਦੇਖਣ ਨੂੰ ਉੱਥੇ ਜਾਈਏ, ਜਾ ਕੇ ਆਪਣਾ ਘਰ ਦੇਖੀਏ, ਪੈਲੀਆਂ ਦੇਖੀਏ। ਨਹੀਂ, ਹਾਂ ਕੋਈ ਨਹੀਂ, ਕੋਈ ਯਾਰ ਵਿਹਲੇ ਵੀ ਯਾਦ ਨਹੀਂ ਹੁੰਦੇ ਜਿੰਨਾ ਖੇਡਦਾ ਰਿਹਾ ਨਿੱਕਿਆ ਹੁੰਦੇ। ਸਰ, ਰੱਬ ਨੇ ਸਾਨੂੰ ਜਦੋਂ ਮੁਸਲਮਾਨਾਂ ਵਿੱਚ ਹੀ ਵਾਟਸਅਪ ਵੀ ਅਸੀਂ ਉਹਨਾਂ ਨੇ ਕੀ ਖੇਡਣਾ ਅਤੇ ਕੀ ਯਾਦ ਕਰਨੇ ਸੀ। ਨਹੀਂ, ਉਹ ਜਿਹਨਾਂ ਦੇ ਸਿੱਖਾਂ ਦੇ ਨਾਲ ਇਕੱਠੇ ਖੇਡਦੇ ਰਹੇ ਹਾਂ ਤੁਸੀਂ? ਨਹੀਂ, ਕੋਈ ਨਹੀਂ। ਅੱਛਾ, ਹਾਂ ਪੱਕੀ ਗੱਲ ਆ? ਪੱਕੀ ਗੱਲ ਆ, ਕਦੇ ਯਾਦ ਨਹੀਂ ਸੀ ਕੀਤੇ। ਹਾਂ, ਦਿਲ ਪੱਕਾ ਹੋ ਗਿਆ? ਹਾਂ, ਦਿਲ ਪੱਕਾ ਹੋ ਗਿਆ। ਵਿਹਲੀ ਗੱਲ ਆ ਵੀ ਪਿਛਲੇ ਨੂੰ ਅਸੀਂ ਸਿੱਖਣ ਨੂੰ ਮਿਲਦੇ ਸੀ, ਆਹ ਸੀ ਉਹ ਸੀ, ਜਦੋਂ ਸਾਡੇ ਦੁਸ਼ਮਣ ਹੀ ਸੀ ਤਾਂ ਅਸੀਂ ਉਹਨੂੰ ਮਿਲਣਾ ਕਾਹਦੇ ਲਈ ਸੀ? ਨਹੀਂ, ਦੁਸ਼ਮਣ ਤਾਂ ਫਿਰ ਵਕਤੀ ਤੌਰ 'ਤੇ ਬਣ ਗਿਆ ਨਾ ਇੱਕ। ਉਸ ਤੋਂ ਪਹਿਲਾਂ ਤਾਂ ਇਕੱਠੇ ਰਹਿੰਦੇ ਸੀ, ਇਕੱਠੇ ਖੇਡਦੇ ਸੀ, ਤੁਸੀਂ ਘਰੋਂ ਖਾ ਪੀ ਲੈਂਦੇ ਸੀਗੇ। ਮੈਂ ਕੈਂਪਸਾਂ ਵਿੱਚ ਸਿੱਖਾਂ ਦੇ ਘਰ ਵੀ ਗਿਆ ਸੀ। ਅੱਛਾ, ਉਹਨਾਂ ਮੈਨੂੰ ਦਾਣੇ ਵੀ ਦਿੱਤੇ ਸੀ ਮਾਣਕ, ਫਿਰ ਲੈ ਜਾਓ ਉੱਥੇ ਪੀ ਖਾ ਪੀਓ। ਅੱਛਾ, ਹਾਂ ਮੈਨੂੰ ਛੱਡਣ ਵੀ ਕੈਂਪ 'ਚ ਆਏ ਸੀ ਕਿ ਕੋਈ ਇਹਨੂੰ ਰਾਜ ਕੋਈ ਤੰਗ ਨਾ ਕਰੇ। ਕੀ ਨਾਂ ਸੀ ਜਿਹੜਾ ਤੁਹਾਨੂੰ ਛੱਡਣ ਆਇਆ ਸੀਗਾ? ਉਹਦਾ ਨਾਂ ਖੁਸ਼ਹਾਲ ਸਿੰਘ ਸੀ। ਖੁਸ਼ਹਾਲ ਸਿੰਘ ਜਵਾਨ ਸੀ ਜਾਂ ਤੁਹਾਡੇ ਵਰਗਾ ਮੁੰਡਾ ਸੀਗਾ? ਮੁੰਡਾ ਹੀ ਸੀ, ਇੰਨੇ ਜਵਾਨ ਮੁੰਡਾ ਸੀ, ਅਸੀਂ ਮੈਂ ਤਾਂ ਹੌਲੇ ਸੀ ਉਦੋਂ। ਹਾਂ ਹਾਂ, ਅਤੇ ਹੁਣ ਅਗਰ ਜੇ ਖੁਸ਼ਹਾਲ ਸਿੰਘ ਜਿੰਦਾ ਬੈਠਾ ਹੋਇਆ, ਹੁਣ ਉਹ ਕਿੱਥੇ ਬੈਠੇ ਆ? ਤੁਹਾਡਾ ਹਾਣੀ ਸੀ? ਉਹ ਮਰ ਮੁਰ ਕੋਏ ਲੱਡ ਤੋਂ ਵੱਡੇ ਸੀ, ਮੇਰੇ ਨਾਲ ਹਾਣੀ ਬਹੁਤ ਮਰ ਗਏ ਆ। ਮੇਰੀ ਉਮਰ 100 ਸਾਲ ਤੋਂ ਲੱਗ ਕੇ ਚਲੀ ਗਈ ਆ। ਮੇਰੇ ਹਾਣੀ ਤਾਣੀ ਜਿੰਨੇ ਸਾਰੇ ਮਾਰੀ ਮੁੜ ਗਏ ਆ, ਇਹ ਮੈਂ ਹੀ ਤੁਰਿਆ ਫਿਰਦਾ ਮਾੜਾ ਮੋਟਾ, ਉਹ ਵੀ ਯਾਰ ਵੀ ਉਹਨਾਂ ਨਾਲ। ਇਹ ਫਿਰ ਦੇਸੀ ਖੁਰਾਕਾਂ ਖਾਧੀਆਂ ਹੋਣੀਆਂ ਨਾ? ਹਾਂਜੀ, ਕੀ ਖਾਂਦੇ ਸੀ? ਮੱਝਾਂ ਖਾਣੀਆਂ, ਮੱਖਣ ਖਾਣਾ, ਦੁੱਧ ਪੀਣਾ, ਮੱਝਾਂ ਰੱਖੀਆਂ ਹੁੰਦੀਆਂ ਸੀ। ਹਾਂ, ਕੋਈ ਸਾਡੇ ਘਰ ਦੇ ਵਿੱਚ ਕੋਈ ਦੁੱਧ ਵੇਚਦੇ ਨਹੀਂ ਸੀ, ਘਰੇ ਹੀ ਖਾ ਪੀ ਲੈਂਦੇ ਸੀ। ਕਿੰਨਾ ਕੁ ਦੁੱਧ ਹੁੰਦਾ ਹੋਣਾ? ਦੁੱਧ ਕਿਸੇ 2 ਮੱਝਾਂ ਸੂਬਾਣੀਆਂ, ਕਿਸੇ ਲਈ 1 ਸੂਈ ਹੋਣੀ, ਕਿਸੇ 10 ਸਿਰ ਹੋਣਾ, ਕਿਸੇ ਲਈ 5 ਸਿਰ ਹੋਣਾ, ਇੱਦਾਂ ਹੀ ਬਕਤਰ ਬਕਤਰ ਹੋਣਾ। ਆਟਾ ਘਰ ਚੱਕੀ ਸੀਗੀ? ਨਹੀਂ, ਖਰਾਸ ਤੋਂ ਬਲਦਾ ਨਾ ਪੀਂਦੇ। ਅੱਛਾ, ਖਰਾਸ ਤੋਂ ਆਟਾ ਪਿਹਾਉਣ ਜਾਂਦੇ ਸੀ? ਅੱਗੇ ਜੋੜ ਲੈਣੇ ਖਰਾਸੇ, ਉਹਨਾਂ ਨਾਲ ਪੀ ਲੈਣਾ ਆਟਾ। ਅੱਛਾ, ਚੱਕੀ ਚੱਕੀ ਸਾਡੇ ਕੋਲ। ਅਤੇ ਉਹ ਫਿਰ ਕਿੰਨੇ ਆਟਾ ਪਿਸਾਈ ਦੇ ਕਿੰਨੇ ਪੈਸੇ ਦਿੰਦੇ ਸੀਗੇ? ਉਹ ਖਰਾਸ ਦਾ 2 ਸਿਰ ਆਟਾ ਲੈਂਦੇ ਸੀ, ਮਣ ਦਾ, ਮਣ ਦਾ ਕਸਾਈ, ਉਹ 2 ਸਿਰ ਮਣ ਦਾ ਦੇਈਦਾ ਸੀ। ਇੱਧਰ ਆਣ ਕੇ ਵੀ ਖਰਾਸ ਵਾਹੇ ਆ, ਹੁਣ ਹੀ ਹਨ ਖਰਾਸ, ਇੱਧਰ ਆਣ ਕੇ ਵਾਹੇ ਆ। ਤੁਹਾਡੇ ਪਿੰਡ ਦੇ ਵਿੱਚ ਫਿਰ ਹਕੀਮ ਸੀਗਾ ਕੋਈ? ਹਕੀਮ ਸੀਗਾ। ਕੀ ਨਾਂ ਸੀ ਹਕੀਮ? ਲਾਹੀ ਬਸ਼ਕ। ਅੱਛਾ, ਰਾਈ ਸੀ, ਲਾਹੀ ਬਸ਼ਕ ਨਾਂ ਸੀ। ਚੰਗਾ ਹਕੀਮ, ਚੰਗਾ ਹਕੀਮ ਸੀਗਾ। ਹਾਂ, ਬਹੁਤ ਚੰਗਾ ਹਕੀਮ ਸੀ। ਉਸ ਜ਼ਮਾਨੇ 12 ਜਮਾਤਾਂ ਉਹ ਪੜ੍ਹਿਆ ਆਇਆ ਸੀ, ਹਿਕਮਤ ਵੀ ਪੜ੍ਹੀ ਸੀ ਉਹਨੇ। ਚੰਗੇ ਸਾਂਝ ਘਰ ਦਾ ਮੁੰਡਾ ਸੀ ਉਹ ਵੀ। ਹਾਂ, ਇੱਥੇ ਗਿੱਲਾਂ 'ਚ ਆਣ ਕੇ ਬੈਠਾ। ਅਤੇ ਪਾਸਾ ਬਣਨ ਤੋਂ ਪਹਿਲਾਂ ਤੁਸੀਂ ਉੱਥੇ ਰਹਿੰਦਿਆਂ ਹੋਇਆਂ ਕਿਹੜੇ ਕਿਹੜੇ ਸ਼ਹਿਰ ਦੇਖੇ ਵੱਡੇ? ਇੱਕ ਮੰਗੇਰੀਆਂ, ਇੱਕ ਟਾਂਡਾ, ਇੱਕ ਹੁਸ਼ਿਆਰਪੁਰ, ਇਹੋ ਹੀ ਮੈਂ ਦੇਖ। ਮੈਂ ਹੋਰ ਸ਼ਹਿਰਾਂ 'ਚ ਨਹੀਂ ਗਿਆ। ਕਿੱਦਾਂ ਦੇ ਸ਼ਹਿਰ ਸੀਗੇ ਉੱਥੇ? ਐਵੇਂ ਛੋਟੇ ਛੋਟੇ ਸੀ, ਕੋਈ ਵੱਡੇ ਨਹੀਂ ਸੀ। ਹਾਂ, ਤੁਸੀਂ ਰੇਲ ਗੱਡੀ ਵਿੱਚ ਸਫ਼ਰ ਕਰਿਆ? ਕੀਤਾ। ਕਿੰਨੀ ਕੁ ਦਫ਼ਾ? ਮੈਂ ਉਧਰੋਂ ਹਿੰਦੁਸਤਾਨ 'ਚ ਇੱਧਰ 2 ਵਾਰੀ ਆਇਆ, ਇੱਥੇ ਆਪਣੇ ਪਿੰਡ। ਅੱਛਾ, ਉਦੋਂ 2 ਰੁਪਈਏ ਸਾਡੇ
ਲਾਹੌਰ ਦਾ ਕਿਰਾਇਆ ਸੀ, ਲਾਹੌਰੋਂ ਕਿਰਾਇਆ 2 ਰੁਪਈਏ ਪੱਕੇ ਦਾ ਸੀ, ਆਣ ਕੇ ਅਸੀਂ ਪੱਕੇ ਨੇ ਉੱਤਰਦੇ ਅਤੇ ਗੋਜੇ ਦਾ ਸੀਗਾ 3 ਆਨੇ ਕਿਰਾਇਆ ਪੱਕੇ ਆਨੇ, ਗੋਜੇ ਆਉਣਾ ਜਾਣਾ ਸ਼ਹਿਰ 'ਚ ਦੇਖਣ ਦੁੱਖਣ ਜਾਣਾ ਅਤੇ 3 ਆਨਿਆਂ 'ਚ ਜਾਣਾ, 3 ਆਨਿਆਂ 'ਚ ਆਉਣਾ। ਉਦੋਂ ਆਨੇ ਚੱਲਦੇ ਸੀ, ਰੁਪਈਏ ਨਹੀਂ ਚੱਲਦੇ ਕਦੇ ਵੀ। ਸਿਰਫ ਇੱਕ ਬੋਰੀ ਆਟੇ ਦੀ ਆਉਂਦੀ ਸੀ ਅਤੇ ਗੱਡੇ 'ਤੇ ਆਪਣਾ ਜੀਆ ਜਾਂ ਸਾਡੇ ਬਾਪ ਨੇ ਬਾਲ ਲਿਆ ਸੀ। ਮੱਝਾਂ ਜਿਹੜੀਆਂ ਛੱਡ ਦਿੱਤੀਆਂ ਸੀ, ਢੱਗੇ ਜਿਹੜੇ ਸੀ ਉਹ ਗੱਡੇ ਜੋੜ ਲਏ ਸੀ। ਢੱਗੇ ਉਹ ਅਸੀਂ ਇੱਧਰ ਆਣ ਕੇ ਵੀ 10 ਸਾਲ ਬਾਏ ਸੀ, ਚੰਗੇ ਢੱਗੇ ਸੀ। ਫਿਰ ਤੁਹਾਡਾ ਜਿਹੜੇ ਅੱਬਾ ਜੀ ਪਿਛਲੇ ਪਿੰਡ ਨੂੰ ਕਦੀ ਯਾਦ ਨਹੀਂ ਸੀ ਕਰਦੇ? ਨਾ, ਪਹਿਲਾਂ ਹੀ ਇੱਥੇ ਰਹਿੰਦੇ ਸੀ, ਥੋੜ੍ਹਾ ਚਿਰ ਹੀ ਹੋਇਆ ਸਾਨੂੰ ਗਿਆ ਉੱਧਰ। ਸਾਡੇ ਜਦੋਂ ਭਰਾਵਾਂ ਨੇ ਜ਼ਮੀਨ ਵੰਡੀ, ਸਾਡੇ ਪਿਓ ਨੂੰ ਉੱਧਰ ਆਈ ਸੀ, ਥੋੜ੍ਹਾ ਚਿਰ ਹੀ ਹੋਇਆ ਸੀ, 22 ਸਾਲ ਸਾਡਾ ਬਾਪ ਉੱਧਰ ਰਿਹਾ ਸੀ। ਫਿਰ ਕੀ ਮਹਿਸੂਸ ਹੁੰਦਾ ਫਰਕ, ਵੀ ਜ਼ਿੰਦਗੀ ਉਸਲੇ ਚੰਗੀ ਸੀਗੀ ਜਾਂ ਹੁਣ ਚੰਗੀ ਆ? ਹੁਣ ਚੰਗੀ ਆ, ਸਾਡੇ ਇਲਾਕੇ ਨਹੀਂ ਚੰਗੀ। ਮੀਂਹ ਪੈਣੇ, ਸਾਡਾ ਪਿੰਡ ਇੱਕ ਪਾਸੇ ਜ਼ਮੀਨ ਬੜੀ ਦੂਰ ਤੱਕ ਸੀ, ਲੋਕਾਂ ਨੇ ਜਾਣਾ ਗੱਡੇ, ਮੀਂਹ ਪੈਣੇ ਗੱਡੇ ਜਾਣੇ ਨਾ ਪੱਠੇ ਨੂੰ, ਲੋਕਾਂ ਨੇ ਸਿਰ ਚੁੱਕ ਕੇ ਲਿਆਉਣੇ, ਬੜੇ ਔਖੇ ਹੋਣਾ ਲੋਕਾਂ ਨੇ। ਇਹ ਤਾਂ ਬੜਾ ਸਕੂਨ ਦਾ ਥਾਂ ਮਿਲਿਆ ਸਾਨੂੰ, ਨਾ ਪੱਠੇ ਕਿਤੇ ਚੁੱਕਣੇ, ਨਾ ਪੈ ਮਰੱਬੇ 'ਚ ਡੰਗਰ ਵੱਧਦੇ, ਉੱਥੇ ਕੁਦਰਤ ਨੂੰ ਪਾਈ ਜਾਣੇ। ਨਹੀਂ ਜ਼ਿੰਦਗੀ ਮਤਲਬ ਜਿਵੇਂ ਹੁਣ ਹੁਣ ਇੱਥੇ ਗੁਜ਼ਰਦੀ ਪਈ, ਇਹ ਚੰਗੀ ਸੀਗੀ ਜਾਂ ਉਸ ਵਕਤ ਦੀ ਜ਼ਿੰਦਗੀ ਚੰਗੀ ਸੀ? ਇਹ ਚੰਗੀ ਹੈ, ਸਾਨੂੰ ਤਾਂ ਇਹ ਚੰਗੀ ਹੈ, ਹੋਰ ਲੋਕਾਂ ਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਇਹ ਚੰਗੀ ਹੈ। ਅੱਛਾ, ਪਾਕਿਸਤਾਨ ਬਣਨ ਦਾ ਤੁਹਾਡੀ ਜ਼ਿੰਦਗੀ 'ਤੇ ਕੀ ਫਰਕ ਪਿਆ? ਮੇਰੇ ਤਾਂ ਕੋਈ ਨਹੀਂ ਫਰਕ ਪਿਆ, ਵੱਡੇ ਪਾਸ ਆ ਹੀ ਜਾਂਦਾ ਨਾ, ਉਹ ਤਾਂ ਫਿਰ ਆਉਣਾ ਵਾ, ਉਹ ਤਾਂ ਆ ਹੀ ਜਾਂਦਾ ਨਾ। ਜਵਾਨੀ ਮੇਰੇ ਤੋਂ ਚੰਗੀ ਸੀ, ਇੱਧਰ ਵੀ ਘੋਲਣਾ ਘਾਲਣਾ, ਕੌਡੀ ਕੁੱਡੀ ਖੇਡਣੀ। ਕੀ ਜਾਫੀ ਸੀਗੇ? ਹਾਂ, ਜੱਟ ਸੀ ਅਸੀਂ। ਨਹੀਂ, ਜਾਫੀ ਜੱਫਾ ਪਾਉਂਦਾ ਸੀਗਾ ਜਾਂ ਜੱਫਾ, ਜਿੱਦਾਂ ਵੀ ਦਾਲ ਲੱਗ ਜਾਏ, ਕਦੇ ਜੱਫਾ ਹੋ ਜਾਣਾ, ਕਦੇ ਅੱਗੇ ਹੋ ਜਾਣਾ, ਬਸ ਇਹੋ ਜਿਹੇ ਕੰਮ ਹੁੰਦੇ। ਤੁਹਾਡੇ ਦੋਵਾਂ 'ਚ ਵੱਡੇ ਖਿਡਾਰੀ ਕਿਹੜੇ ਕਿਹੜੇ ਸੀਗੇ ਉਸ ਵਕਤ? ਉਹ ਕਈ ਹੁਣ ਚਲੇ ਗਏ, ਕੋਈ ਕਿਸੇ ਪਿੰਡ ਚਲ ਗਿਆ, ਕੋਈ ਕਿਸੇ ਪਿੰਡ ਚਲ ਗਿਆ, ਯਾਦ ਹੋਣੀ ਆ। ਹੁਣ ਕਿਸੇ ਨਾਂ ਯਾਦ ਰਹੇ ਆ, ਹੁਣ ਆਪਣੀ ਨਮਾਜ਼ ਦਾ ਨਹੀਂ ਪਤਾ ਲੱਗਦਾ ਕਿੰਨੀ ਪੜ੍ਹੀ ਕਿੰਨੀ ਨਹੀਂ ਪੜ੍ਹੀ। ਸਹੀ ਗੱਲ। ਅੱਛਾ, ਅਤੇ ਉਹ ਜਿਹੜੇ ਵਜ਼ਨ ਵੀ ਚੁੱਕਦੇ ਸੀ, ਭਾਰ ਚੁੱਕਣ ਵਾਲੇ ਸੀਗੇ, ਮੁੱਢੀ ਚੁੱਕਣ ਵਾਲੇ ਕੋਈ? ਨਹੀਂ, ਮੁੱਢੀ ਨਹੀਂ ਚੁੱਕਦੇ, ਉੱਦਾਂ ਹੀ ਭਾਰ ਚੁੱਕ ਲੈਂਦੇ। ਅੱਛਾ, ਕਿੰਨਾ ਕੁ ਚੁੱਕ ਲੈਂਦੇ ਸੀ ਆਪਣੀ ਜਵਾਨੀ 'ਚ? ਬੋਰੀ ਚੁੱਕ ਜਾਂਦਾ ਸੀ। ਹਾਂਜੀ, ਬੋਰੀ ਚੁੱਕ ਜਾਂਦਾ ਸੀ, 2.5 ਮਣ ਦੀ ਬੋਰੀ। ਕਦੀ ਜ਼ਿੰਦਗੀ ਵਿੱਚ ਕਿਸੇ ਨਾਲ ਫੱਡਾ ਕੀਤਾ? ਲੜਾਈ ਨਹੀਂ, ਲੜਾਈ ਨਹੀਂ ਕਿਸੇ ਨਾਲ ਵੀ ਕੀਤੀ, ਨਾ ਕੋਈ ਸਾਡਾ ਕੋਈ ਤਾਂ ਸ਼ਰੀਕ ਬਣਿਆ ਹੀ ਲੜਨੇ ਵਾਲਾ, ਨਾ ਅਸੀਂ ਕਿਸੇ ਨਾਲ ਲੜੇ, ਸਾਡਾ ਫੱਡਾ ਕਿਸੇ ਨਾਲ ਪਿਆ ਹੀ ਨਹੀਂ। ਬੜੇ ਅਮਨ ਦੇ ਥਾਂ ਜ਼ਮੀਨ ਪੈ ਗਈ, ਬੜੇ ਅਮਨ ਥਾਂ ਅਸੀਂ ਰਹਿਣ ਦੇ ਪਏ। ਅਤੇ ਨਾਨਕੇ ਆਪਣੇ ਕਿੱਥੇ ਰਹਿੰਦੇ ਸੀਗੇ? ਨਾਨਕੇ ਮੇਰੇ ਦੁਗਲਾ ਸੀ, ਇੱਥੇ ਹੀ। ਕੀ ਸੀ ਨਾਂ ਤੁਹਾਡਾ? ਨਾਨਕੇ ਵੀ ਇੱਥੇ ਸੀ। ਨਾਨੇ ਦਾ ਕੀ ਨਾਂ ਸੀ ਤੁਹਾਡੇ ਦਾ? ਨਾਨੇ ਦਾ ਸੀ ਸੂਬਾ। ਅੱਛਾ, ਨਾਨੀ? ਨਾਨੀ ਦਾ ਨਾਂ ਸੀ ਭਾਗਵਰੀ। ਅੱਛਾ, ਅਤੇ ਮਾਮੇ ਕਿੰਨੇ ਸੀਗੇ ਤੁਹਾਡੇ? ਮਾਮੇ ਸੀ 2, ਇੱਕ ਦਾ ਨਾਂ ਗੁਲਾਮ ਮਮ ਸੀ, ਇੱਕ ਦਾ ਨਾਂ ਫਤਿਹ ਮਮ ਸੀ। ਫਤਿਹ ਮਮ ਜਿਹੜਾ ਸੀ ਉਹ ਲਾਹੌਰ ਨੌਕਰ ਸੀ। ਕਾਹਦੀ ਨੌਕਰੀ ਕਰਦਾ ਸੀਗਾ? ਉਹ ਨੌਕਰੀ ਕਰਦਾ ਸੀ, ਆ ਮੇਰਾ ਖਿਆਲ ਆ ਰੇਲਵੇ 'ਚ ਦਫ਼ਤਰ 'ਚ। ਅੱਛਾ,
ਰੇਲਵੇ ਦਫ਼ਤਰ ਚ ਕਰਤਾ ਸੀ। ਅੱਛਾ ਫਿਰ ਜਦੋਂ ਉਜਾੜੇ ਪਏ ਆ ਜਿਵੇਂ ਹਾਲਾਤ ਸੁਣਦੇ ਆ ਕਿ ਬਈ ਅੱਗਾ ਉੱਗਾ ਲਾਈਆਂ ਟ੍ਰੇਨਾਂ ਟਰੂਨਾਂ ਵੱਡੀਆਂ ਕੱਟੀਆਂ ਕੋਈ ਇਹੋ ਜਿਹਾ ਤੁਹਾਨੂੰ ਨਹੀਂ? ਸਾਡੇ ਲਈ ਸਾਡੇ ਲੋਕ 20-25 ਪਿੰਡ ਬੜੇ ਅਮਨ ਨਾਲ ਉੱਠੇ ਸੀ, ਕੋਈ ਲੜਾਈ ਨਹੀਂ ਸਾਡੇ ਕੋਈ 20-25 ਪਿੰਡਾਂ 'ਚ ਕੋਈ ਲੜਾਈ ਨਹੀਂ ਹੋਈ। ਠੀਕ ਆ। ਹਾਂ ਅਤੇ ਜਦੋਂ ਤੁਸੀਂ ਇੱਥੇ ਆ ਗਏ ਇੱਥੇ ਕੁਛ ਨਹੀਂ ਦੇਖਿਆ ਜਾਂ ਸੁਣਿਆ? ਨਹੀਂ ਇੱਥੇ ਤਾਂ ਅਸੀਂ ਮੁੜ ਕੇ ਆਪਣੇ ਘਰਾਂ 'ਚ ਹੀ ਆ ਗਏ, ਇੱਥੇ ਅਸੀਂ ਕੀ ਸੁਣਨਾ ਕੀ ਦੇਖਣਾ ਸੀ, ਆਪਣਾ ਹਾਲ ਪਾਇਆ ਤਾਂ ਰੋਟੀ ਖਾਧੀ ਆਰਾਮ ਕੀਤਾ। ਚਲੋ ਆਂਢ ਗੁਆਂਢ ਇੱਥੇ ਵੀ ਤੁਹਾਡੇ ਇਹ ਮੁਸਲਮਾਨਾਂ ਦੇ ਪਿੰਡ ਸੀ? ਹਾਂ ਇਹ ਸਾਰਾ ਮੁਸਲਮਾਨਾਂ ਜੱਟਾਂ ਦਾ ਪਿੰਡ ਹੈ। ਆਪਣਾ ਇੱਥੇ ਬਰਾਦਰੀ 5-6 ਘਰ ਇੱਥੇ ਹੈਗੇ। ਅੱਛਾ ਤੁਸੀਂ ਬਰਾਦਰੀ ਤੁਹਾਡੀ ਕਿਹੜੀ? ਬਰਾਦਰੀ ਅਸੀਂ ਜੱਟ ਹਾਂ। ਜੱਟਾਂ ਦੀ ਕਿਹੜੀ ਗੋਤ ਕਿਹੜੀ ਤੁਹਾਡੀ? ਕੱਲੂ। ਕੱਲੂ ਠੀਕ। ਇਹ ਫਿਰ ਤੁਹਾਡੀ ਬਰਾਦਰੀ ਉੱਥੇ ਹੀ ਬੈਠੀ ਹੋਣੀ ਆ ਪਿੱਛੇ? ਨਹੀਂ ਇੱਥੇ ਹੀ ਪਹਿਲਾਂ ਦੇ ਮਰਬੇ ਮਿਲੇ ਸੀ। ਨਹੀਂ ਉਹਨਾਂ ਨੂੰ ਮਤਲਬ ਹਿੰਦੁਸਤਾਨ ਦੇ ਵਿੱਚ ਵੀ ਤਾਂ ਕੱਲੂ ਬੈਠੇ ਹੀ ਹੋਣੇ। ਆਹੋ ਉਹ ਵੀ ਬੈਠੇ ਸੀ। ਉਹ ਫਿਰ ਆਣ ਕੇ ਇੱਕ ਬਹਿ ਗਿਆ ਚਾਚਾ ਸਾਡਾ ਇੱਥੇ 99 ਬੈਠਾ। ਅੱਛਾ ਇੱਕ ਡੰਡਿਆਲ ਸਾਡਾ ਚਾਚਾ ਬੈਠਾ ਸੀ। ਅੱਛਾ ਇਕੱਲੇ ਇਕੱਲੇ ਖਿਲ ਕੇ ਬਹਿ ਗਿਆ, ਜਿੱਦਾਂ ਜਿੱਦਾਂ ਜ਼ਮੀਨ ਮਿਲੀ ਉੱਦਾਂ ਉੱਦਾਂ ਬਹਿ ਗਿਆ। ਹੋਰ ਬਾਬਾ ਜੀ ਕੋਈ ਐਸੀ ਗੱਲ ਜਿਹੜੀ ਤੁਹਾਡਾ ਦਿਲ ਕਰਦਾ ਹੋਵੇ ਸੁਣਾਉਣ ਨੂੰ ਔਰ ਮੈਂ ਨਾ ਪੁੱਛੀ ਹੋਵੇ? ਮੈਨੂੰ ਸਮਝ ਨਹੀਂ ਆਈ। ਮੈਂ ਕਿਹਾ ਕੋਈ ਐਸੀ ਗੱਲ ਤੁਹਾਡਾ ਸੁਣਾਉਣ ਨੂੰ ਦਿਲ ਕਰਦਾ ਹੋਵੇ ਜਿਹੜੀ ਮੈਂ ਪੁੱਛੀ ਵੀ ਨਾ ਹੋਵੇ, ਉਵੇਂ ਤੁਹਾਡੇ ਦਿਲ 'ਚ ਖਾਹਿਸ਼ ਹੋਵੇ ਸੁਣਾ ਸਕਦੇ? ਨਹੀਂ ਹੁਣ ਉਹ ਸਿਹਤ ਨਹੀਂ ਰਹੀ, ਉਹ ਅਕਲ ਕੰਮ ਨਹੀਂ ਪੂਰਾ ਕਰਦੀ। ਹਾਂ ਜੇ ਕਈ ਗੱਲਾਂ ਸੀਗੀਆਂ ਉਹ ਹੁਣ ਕੰਮ ਨਹੀਂ ਕਰਦੀਆਂ। ਛਿਆਨਵੇਂ ਸਾਲ ਤਾਂ ਉਮਰ ਹੋ ਗਈ ਇਸੇ ਕਾਰਨ ਮੈਂ ਤਾਂ ਇਹੋ ਸ਼ੁਕਰ ਕਰਦਾ ਜਿਹੜਾ ਮੈਂ ਤੁਰ ਫਿਰਦਾ ਪਹਿਲਾਂ ਆਪਣੀ ਨਮਾਜ਼ ਪੜ੍ਹ ਲਈ, ਆਪਣਾ ਅੱਲਾ ਕਰ ਲਿਆ ਅੱਲਾ ਕਰ ਲਿਆ। ਹੁਣ ਇਸ ਉਮਰ ਜੀ ਕਿਸੇ ਕੀ ਕਰਨਾ ਅਤੇ ਕੀ ਨਾ ਕਰਨਾ। ਜ਼ਿੰਦਗੀ ਬੜੀ ਦੇਖੀ ਆ, ਉੱਧਰ ਵੀ ਹਿੰਦੁਸਤਾਨ ਵੀ ਰੱਜ ਕੇ ਦੇਖਿਆ, ਇੱਧਰ ਪਾਕਿਸਤਾਨ ਵੀ ਰੱਜ ਕੇ ਦੇਖਿਆ, ਹੋਰ ਕੀ ਦੇਖਣਾ ਸੀ। ਜਵਾਨੀ 'ਚ ਕੋਈ ਕਦੀ ਫਿਲਮ ਦੇਖੀ ਕਦੀ? ਨਹੀਂ ਮੈਂ ਨਹੀਂ ਦੇਖੀ। ਥੀਏਟਰ ਥੂਟਰ ਵੀ ਨਹੀਂ ਦੇਖਿਆ? ਮੇਰਾ ਬਸ ਆਪਣਾ ਜਿਮੀ ਦਾ ਖਿਆਲ ਸੀ। ਨਹੀਂ ਜਿਵੇਂ ਆਲਮ ਲੋਹਾਰ ਵਗੈਰਾ ਸੁਣਦੇ ਇਹੋ ਜਿਹਾ ਕੋਈ ਗਾਣੇ ਵਜਾਉਣ ਵਾਲੇ ਨਹੀਂ ਸੀ ਬੁਲਾਉਂਦੇ? ਐਦਾਂ ਲੋਕ ਕਿਸੇ ਵਿਆਹ ਜਾਣਾ ਤਾਂ ਕੋਈ ਸਪੀਕਰਾਂ ਸੁਣ ਲੈਣਾ, ਲੋਹਾਲੂ ਹੋਰ ਕੋਈ ਨਹੀਂ। ਅਤੇ ਜੇ ਕਿਤੇ ਗਾਣੇ ਹੁੰਦੇ ਮੈਂ ਨਹੀਂ ਸੀ ਜਾਂਦਾ। ਅੱਛਾ ਹਾਂ ਤਬੀਅਤ ਨਹੀਂ ਸੀਗੀ? ਹਾਂ ਮੇਰਾ ਬਾਪ ਹੀ ਨਹੀਂ ਜਾਣ ਦਿੰਦਾ ਹੁੰਦਾ, ਕਿੱਧਰ ਫਿਰਦੇ ਰਹਿਣਾ, ਰਾਤ ਨੂੰ ਨੱਠੇ ਰਹਿਣਾ, ਕਿੱਧਰ ਤੁਰਨ ਜਾਣਿਆ। ਚਲੋ ਬਾਬਾ ਜੀ ਬੜੀ ਮਿਹਰਬਾਨੀ, ਸ਼ੁਕਰੀਆ, ਖੁਸ਼ ਰੱਖਿਆ।